बंदा पछाने पिंड दा भला आ विचकार जिहड़ा बैठा हां विचकार ना बड़े खास मुंडा बंदा खिलाड़दा अच्छा फालतू वीडियो नहीं जा दी वाहेगुरु मैं पसाने मैं भाजी नहीं दी हो जो मैं कोई सेवा सुवा चढ़ दी कोई गल नहीं फिर पुछियो भला नहीं पुछो भला केड़े परिवार चो पुछदा डैडी दा नाम की इहदा नाम आपदा नाम दादा की नाम डैडी दा नाम की डरदा ठीक नहीं छोड़ो तेरा नाम की आ ठीक ते ओहो टीरा से आ ओ हां 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 ओन्ना ठ फैमिली चो लगदा ओन्ना दी फैमिली चो तू तार मदाना पीर जी हां जी ओ इत्थे रहंदे होणा मेंटे दे घर दे विच आ जा मेरा वीर आ जा 2 मिनट ना लगने आ जा मेंटे दे घर रहंदे गे हां जी इहना बाबे 2-3 महीने कोल अपने कोल आए वीर हां जी हरी के पत्तन तो आए हैं पठे दे मिले अपन वीरे हां जी हां जी अपनी संस्था वा हां जी उगरेवाल नंगल रोड मैं दुबई कल छुट्टी अच्छा जी चलो निर्मल सिंह जी आप सीधे जाने वीरे हां जी चलो ताडे भरावां दे सहयोग नाल ही है वीरे सब कुछ हां जी ਇਹਨਾਂ ਆਪਾਂ ਨੂੰ ਵੀਰ ਮਿਲਿਆ ਸੀ ਉੱਥੇ ਹਰੀ ਕੇ ਪਤਾ ਲੱਗ ਗਿਆ ਨਾ ਬੂਹ ਪਿੰਡਾ ਉੱਥੇ ਮਿਲਿਆ ਸੀਗਾ ਭੱਠੇ ਦੇ ਮਿਲੇ ਨੂੰ ਤਾਂ ਹੋ ਗਿਆ ਸਿਆਲ 'ਚ ਮਿਲਿਆ ਸੀ ਮੈਨੂੰ ਮੈਂ ਇਹਨਾਂ ਕਿ ਮੈਂ ਨਾ ਕਦੀ ਇੱਧਰ ਚੱਲ ਜਾ ਕਦੀ ਉੱਧਰ ਚੱਲ ਜਾ ਥੋੜ੍ਹੀ ਜਿਹੀ ਇਹਦੀ ਵੀਦੀ ਘਾਲੋ ਹੋ ਗਈ ਅਤੇ ਅੱਜ ਥੋੜ੍ਹਾ ਫ੍ਰੀ ਟਾਈਮ ਹੈਗਾ ਸੀ ਅਤੇ ਮੈਂ ਕਿਹਾ ਯਾਰ ਇਹਦਾ ਘਰ ਤਾਂ ਲੱਭੀ ਵਿਚਾਰੇ ਦਾ ਚਲੋ ਵਿਚਾਰੇ ਕੀ ਤਾਂ ਕਿਹੜੇ ਹਾਲਾਤਾਂ 'ਚ ਹੋਣਗੇ ਮੈਂ ਕਿਹਾ ਮੈਂ ਪਿੰਡ ਫੋਨ ਲਾਏ ਉੱਦਾਂ ਤੁਹਾਡੇ ਦਲਮ ਲੱਭੇ ਨੰਬਰ ਪਰ ਕਿਸੇ ਨੇ ਪਛਾਣਿਆ ਨਹੀਂ ਸੀਗਾ ਹਾਂਜੀ ਬਾਹਰ ਬਾਹਰ ਲਾ ਕੇ ਨਾ ਘਲਾ ਦੇ ਗੱਡੀਆਂ ਡੇਰੀ 'ਤੇ
हाँ जी अच्छा किधर नु सीधे चल जाना नहीं जो धीरे का ये भी मेरे सामने यहोजा कुछ बोलता हूँ धीरा सरपंच भी है ना अच्छा हाँ जी ये मरबी सिंह के परिवार चो मेरे हिसाब ना ये कहता बकरियां बुकरियां भी रखी इदा कोई दादा नहीं किधर अच्छा जी हाँ जी खोलो 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 पूछो जी बंदा वेखियो पछाणे बंदा निम्मे दा भरा नी केड़ा बंदा ये साढ़े पिंड का बंदा ही नहीं थे दालम दालम कहना अपना मेरा दालम पिंड ते होई है यार दालम ते है पर दालम होर भी आगे ना किथे होर किथे है दालम नंगल है दोई जने पे हां यार वो वीरो कहता इना दा यार किना दा आ निम्मे ने हां का कर चल आ दा ना ए दादा हैगा की ना दसया सी ने अपना पौजी ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਆ ਜਗਿੰਦਰ जोगिंदर ना दादा अपना जोगिंदर ना दादा है अपना जिला तीरा कदों है तीरा कदों है ये अपना ना जोगिंदर दादा है आज सिस्टर नंग ले ले ये दालम नंगल बोलता ना वीरे ए दालम नंगल बोलदा ना एहो ही आ दालम नंगल ते एहो ही आ एहो बोलदा दालम नंगल दिमाग कम सट बैठा है दिमाग च हां जी आ वे अपना पे साडे पिंड दा बंदा लीली शर्ट वाला ए ओ आ जेड़े बंदे लोग रोड़ा ते तुरे फिरदे ने वेले जिनु कोई नहीं कोई सामदा सुनदा साडे पिंड ए आपदा पिंड ओहे दादा वा कि मेरा पिंड दालम आ जोगिंदर मेरा ना कहंदा बकरियां भी शायद कने रखे आ जोगिंदर हां जी बोलना नहीं है ਇਹ ਤੇ ਚੱਲ ਯਾਰ ਦਾਲਮ ਦਾ ਯਾਰ ਮੈਨੂੰ ਤਾਂ ਦਾਲਮ ਦਾ ਲੱਗਦਾ ਜਿੱਦਾਂ ਤੁਹਾਡੇ ਪਿੰਡ ਦਾ ਆ ਜਿਹੜਾ ਆ ਵਿਚਕਾਰਲੇ ਬੰਦੇ ਦੀ ਗੱਲ ਕਰ ਰਿਹਾ ਮੈਂ ਜਾਣਦੇ ਆ ਹਾਂ ਯਾਰ ਪਰ ਇਹ ਬਰਾਦਰ ਭਾਈ ਸਾਰੀ ਜਾਣਦੀ ਮੁੰਡਾ ਕਿਉਂ ਇਹ ਤੇ ਮੈਂ ਤਾਂ ਘਰ ਜਾਣ ਵਾਲਾ ਮੁੰਡਾ ਵਾ ਸਾਡੇ ਪਿੰਡ ਦਾ ਮੈਂ ਘਰ ਤੇ ਜਾਣਾ ਪੁੱਛੋ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਆ ਪਾਪਾ ਦਾ ਤੇ ਡੈਡੀ ਦਾ ਕੀ ਨਾਮ ਆ ਹੈ ਕੀ ਮੂਲੇ ਸਟੇ ਇਹਦਾ ਪੱਟੀ ਕੀ ਆ हाँ जी मूला तेरा पिंड केड़ा वा
ਪਿੰਡ ਕਿਹੜਾ ਵਾ? ਨਹੀਂ ਨਹੀਂ ਦਾਲ ਮਲੰਗ ਲਈ ਬੋਲਿਆ, ਹੋਰ ਕੁਛ ਨੀ ਬੋਲਿਆ ਇਹਨੇ। ਬਾਹਰ ਹੀ ਮੇਰਾ ਵੀਰ, ਇੱਕ ਮਿੰਟ ਬਾਹਰ ਆ, ਬਾਹਰ ਆ, ਇੱਧਰ ਆ ਮੇਰਾ ਵੀਰ। ਉਰੇ ਤੇ ਆ, ਜੋਗਿੰਦਰ ਹੱਥ ਤੇ ਨਾ ਨਾ ਉਹਦੇ ਆਪਣੇ ਜੋਗਿੰਦਰ ਦਾਦਾ ਸੀ ਤੇ ਪਿੰਡ ਦਲ ਮੰਗਲ ਦਾ। ਤੈਨੂੰ ਤੇਰੇ ਘਰ ਪਹੁੰਚਾ ਦਿੰਦੇ ਆ, ਆਪਣਾ ਘਰ ਦੱਸ, ਤੇਰਾ ਨਾਂ ਦੱਸ, ਤੇਰਾ ਡੈਡੀ ਦਾ ਨਾਂ ਦੱਸ ਕੀ ਆ। ਪੈਸੇ ਵੀ ਤੈਨੂੰ ਦੇ ਦਾਂਗੇ, ਤੂੰ ਆਪਣੇ ਘਰ ਦਾ ਤੇ ਪਿਓ ਦਾ ਕਿਸੇ ਭਰਾ ਦਾ ਨਾਂ ਦੱਸ। ਬੂਆ ਛੇਤੀਗੜ੍ਹ ਬਾਪ ਦਾ ਬਾਸੜ ਦਾ ਬੰਦਾ, ਬਾਸੜ ਦਾ ਫੌਜੀ ਦਾ ਯਾਰ ਕਹਿਲਾ, ਆਵੇ ਫੌਜੀ ਦਾ ਬੰਦਾ ਰੀਕੇ ਪੱਤਨ ਤੋਂ ਆਇਆ ਜੀ। ਹੋਰ ਠੀਕ ਹੈ ਜੀ, ਮਿਹਰਬਾਨੀ ਭਾਈ ਤੁਹਾਡੀ, ਬਹੁਤ ਤੁਹਾਡਾ ਧੰਨਵਾਦ ਵੀਰ ਜੀ। ਹਾਂ ਧੰਨਵਾਦ ਜੀ। ਆਹ ਸਾਈਡ ਤੇ ਗੱਲ ਬਣਿਆ, ਬੋਲਦਾ ਦਾਲ ਨੰਗਲ ਹੀ ਆ, ਨੰਗਲ ਪਿੰਡ ਵੱਖਰਾ। ਦਾਲਮ ਨੰਗਲ, ਹੋਰ ਵੀ ਦਾਲਮ ਕਿਤੇ ਹੈਗਾ? ਕੁੱਕੜਾਂ ਵਾਲੀ, ਠੀਕ ਹੈ ਜੀ, ਅਜਨਾਲਾ ਰੋਡ ਜਿਹੜਾ, ਉਹ ਵੀ ਦਾਲਮ ਨੰਗਲ ਹੀ ਆ। ਹਾਂਜੀ, ਆ ਇੱਧਰ ਫੇਸ ਖਾਂ ਚੰਗੀ ਤਰ੍ਹਾਂ, ਇੱਧਰ ਆ ਮਾੜਾ। ਹਾਂਜੀ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦਾ ਤੁਸੀਂ ਵੀਰ ਨੂੰ ਵੇਖਿਆ ਸੀ ਕਿ ਆਪਾਂ ਭੱਠੇ ਤੋਂ ਲੈ ਕੇ ਆਏ ਸੀਗੇ ਜ਼ਿਲ੍ਹਾ ਤਰਨ ਤਾਰਨ, ਅਤੇ ਇਹ ਆਪਣਾ ਪਿੰਡ ਦਾਲ ਮਨੰਗਲ ਬੋਲਦਾ ਸੀਗਾ। ਪਰ ਅੱਜ ਆਪਾਂ ਪਿੰਡ ਦਾਲ ਮਨੰਗਲ ਦੇ ਵਿੱਚ ਖੜ੍ਹੇ ਹਾਂ। ਜਿਹੜੇ ਆ ਵੀਰ ਜੀ ਹੁਣੀ ਤੁਸੀਂ ਦੇਖ ਰਹੇ ਜੇ ਮੇਰੇ ਲਾਗੇ, ਇਹ ਸਾਰੇ ਭਰਾ ਦਾਲ ਮਨੰਗਲ ਦੇ ਆ, ਪਰ ਇਹ ਦੱਸਦੇ ਆ ਕਿ ਇਹ ਸਾਡੇ ਪਿੰਡ ਤੋਂ ਵੀਰ ਨਹੀਂ ਹੈਗਾ। ਅਤੇ ਮੈਂ ਵੀਰ ਨੂੰ ਕਹਿੰਦਾ ਕਿ ਕਿਹੜੀ ਚੰਗੀ ਤਰ੍ਹਾਂ ਫੇਸ ਵਿਖਾ ਦੇ, ਚੰਗੀ ਤਰ੍ਹਾਂ ਫੇਸ ਵਿਖਾ ਦੇ, ਹਾਂ ਧੁੱਪਾ ਲੂ ਕਰਕੇ ਵਿਖਾ, ਇੱਧਰ ਮੂੰਹ ਕਰ, ਇੱਧਰ ਗੋਰੀ, ਇੱਧਰ ਮੂੰਹ ਕਰ, ਆਉਣ ਮੂੰਹ ਕਰ, ਆਉਣ ਮੂੰਹ ਕਰ, ਨਹੀਂ ਹੱਥ ਲਾਉਂਦਾ, ਨਹੀਂ ਹੱਥ ਲਾਉਂਦਾ, ਇੱਥੇ ਖੜ ਤੁਸੀਂ, ਇੱਧਰ ਖੜ ਜਾ, ਖੜਨਾ ਕਿ ਨਹੀਂ ਖੜਨਾ, ਕੀ ਖੜਨਾ, ਹੋਰ ਠੀਕ ਹੈ ਜੀ। ਵਿਖਾ ਦੇ ਫੇਸ ਵਿਖਾ ਦੇ, ਇਹ ਵੀਰ ਜੋਗਿੰਦਰ ਆਪਣਾ ਨਾਂ ਦੱਸਦਾ ਵਾ, ਜੋਗਿੰਦਰ ਸਿੰਘ, ਹਾਂਜੀ ਹਾਂਜੀ, ਹੋਰ ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ। ਮੈਂ ਤਾਂ ਬੜੀ ਆਸ ਨਾਲ ਆਇਆ ਸੀਗਾ, ਮੈਂ ਦਾਲਮ ਨਗਰ ਦੇ ਪਿੰਡ ਬੋਲਦਾ ਆਪਣਾ, ਮੈਂ ਵੀਡੀਓ ਵੀ ਨਹੀਂ ਨਾ ਪਾਈ ਉਦੋਂ ਦੀ, ਅਸਲ 'ਚ ਮੈਨੂੰ ਇਹ ਕਿ ਦਾਲਮ ਨਗਰ ਦੱਸਦਾ ਵਾ, ਅਤੇ ਜੇ ਵੀਡੀਓ ਪਾਊ ਹੁਣ ਇਹਦਾ ਪਿੰਡ ਲੱਭ ਜੂਗਾ। ਹਾਂ ਹਾਂਜੀ ਪਤਾ।
ਫਤਿਹਗੜ੍ਹ ਪਾਰ ਕਰਕੇ ਨਾ ਤੇ ਜਿਹੜਾ ਅਗਲਾ ਚੌਂਕ ਆਊਗਾ ਨਹੀਂ ਹੁਣ ਮੈਂ ਇਹਦੀ ਵੀਡੀਓ ਹੀ ਪਾਉਣੀ ਆ ਕਿਉਂਕਿ ਹੁਣ ਦਲ ਮਲੰਗ ਵਾਲੀ ਪਿੰਡ ਦੱਸਦਾ ਸੀ ਆਪਦਾ ਉਹ ਕੱਲਾ ਦਲ ਮੱਡਾ ਬਟਾਲੇ ਕੋਲ ਦੱਸਦਾ ਸੀ ਮੇਰਾ ਪਿੰਡ ਬਟਾਲੇ ਕੋਲ ਆ ਬਟਾਲੇ ਕੋਲ ਤੇ ਫਿਰ ਇਹੋ ਹੀ ਆ ਨਾ ਜੀ ਠੀਕ ਹੈ ਜੀ ਵੈਸੇ ਮੈਂ ਪਿੰਡ ਦੇ ਸਰਪੰਚ ਦਾਲਮ ਨੰਗਲ ਪਿੰਡ ਜਿਹੜਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਹਾਂਜੀ ਉਹ ਇਹੋ ਹੀ ਆ ਇਕੱਠਾ ਹੀ ਹਾਂਜੀ ਕਈ ਦਾਲਮ ਵੱਖਰੇ ਨੇ ਨੰਗਲ ਵੱਖਰੇ ਨੇ ਹਾਂਜੀ ਸਾਰੇ ਜ਼ਿਲ੍ਹੇ ਦੇ ਵਿੱਚ ਇੱਧਰ ਗੁਰੇ ਹਾਂਜੀ ਜਿਹੜੇ ਦੋਨੋਂ ਇਕੱਠੇ ਵੱਜਦੇ ਦੋਨੋਂ ਇਕੱਠੇ ਵੱਜਦੇ ਇਹੋ ਹੀ ਪਿੰਡ ਵਾ ਇਹ ਦਾਲਮ ਨੰਗਲ ਹੀ ਦੱਸਦਾ ਸੀ ਨੰਗਲ ਉਹ ਆ ਤੇ ਦਾਲਮ ਆ ਹਾਂਜੀ ਵਿੱਚ ਸੜਕੀ ਆ ਫਰਕੀ ਸੁਣਾਇਆ ਮੈਂ ਥੋੜਾ ਹੀ ਸੜਕੀ ਆ ਹਿਸਾਬ ਨੂੰ ਵਿੱਚ ਵਾਹ ਸੜਕੀ ਹੋ ਠੀਆ ਜੀ ਇੱਕ ਖਾਸਾ ਹੀ ਫਤਿਹ ਉਗਰੇਵਾਲ ਵਾਲੇ ਵੀ ਦਾਲਮ ਲਈ ਜਾਂਦੇ ਆ ਉਹ ਨਹੀਂ ਯਾਰ ਨਹੀਂ ਹੋ ਜਾ ਪਹਿਲਾਂ ਜੋਗਿੰਦਰ ਆਪਣਾ ਨਾਂ ਦਾਦਾ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਆ ਡੈਡੀ ਦਾ ਕੀ ਨਾਮ ਆ ਨਹੀਂ ਮੇਰੀ ਗੱਲ ਤੇ ਸੁਣ ਫਾਦਰ ਸਾਹਿਬ ਦਾ ਕੀ ਨਾਮ ਆ ਹੱਥ ਚੱਲ ਨਹੀਂ ਲਾਉਂਦੇ ਪਿਤਾ ਦਾ ਕੀ ਨਾਮ ਆ ਬਾਬਾ ਜੀ ਮੇਰੇ ਕੋਲ ਦੋ ਤਿੰਨ ਮਹੀਨੇ ਤੋਂ ਆ ਮੈਂ ਜਦੋਂ ਵੀ ਪੁੱਛਦਾ ਵਾਂ ਇਹ ਇਹੋ ਗੱਲ ਦੱਸਦਾ ਕਿ ਮੇਰਾ ਪਿੰਡ ਦਾਲ ਮਲੰਗਲ ਆ ਹਾਂਜੀ ਮੇਰੇ ਕੋਲ ਠੀਕ ਹੈ ਜੀ ਨਹੀਂ ਬਾਬਾ ਜੀ ਆਪਾਂ ਇੱਕ ਵਾਰੀ ਘਰ ਤੇ ਲੱਭਣ ਦੀ ਕੋਸ਼ਿਸ਼ ਕਰੀਏ ਕਰੀ ਪਿਤਾ ਜੀ ਦਾ ਕੀ ਨਾਮ ਤੁਹਾਡੇ ਮੇਰੀ ਗੱਲ ਸੁਣੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਇੱਕ ਮਿੰਟ ਵੀਰ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਪਿਤਾ ਜੀ ਦਾ ਕੀ ਨਾਮ ਤੁਹਾਡੇ ਦਾ ਨਾਂ ਕੀ ਆ ਬਾਪ ਦਾ ਨਾਂ ਕੁਛ ਨਹੀਂ ਪੈਸਿਆਂ ਦੀ ਗੱਲ ਸਾਰੇ ਚੱਲ ਜਾਂਦੇ ਹੱਕ ਲਾਉਣ ਦੀ ਕਮਾਈ ਥੋੜੀ ਖਾਈਦੀ ਹਾਂਜੀ ਨਹੀਂ ਪਿਤਾ ਜੀ ਦਾ ਨਾਂ ਕੀ ਆ ਕੀ ਨਾਮ ਆ ਚਲੋ ਚਲੀ ਗੁਰੇ ਹਾਂਜੀ ਕਿਹੜਾ ਉਹ ਨਾ ਕੁੰਦਾ ਬੋਲਦਾ ਨਹੀਂ ਆ ਉਹ ਮੁਕਤਸਰ ਸਾਹਿਬ ਤੋਂ ਛਡਾ ਕੇ ਲਿਆਂਦਾ ਸੀਗਾ ਇਹ ਬਿਹਾਰੀ ਆ ਇਹਨੂੰ ਆਪਣਾ ਇੱਕੋ ਏਰੀਆ ਦੱਸੀ ਜਾਂਦਾ ਵਾ ਕਿ ਮੇਰਾ ਵਾ ਡਾਲਾ ਵਾਲਾ ਰੋਡ ਹੋਰ ਇਹਨੂੰ ਕੁਝ ਨਹੀਂ ਪਤਾ ਇਹ ਦਾ ਰੋਡ ਤੋਂ ਤੁਰਿਆ ਫਿਰਦਾ ਸੀਗਾ ਕਿ ਕਿਸੇ ਵੀਰ ਨੇ ਆਪਣੇ ਆਸ਼ਰਮ ਆ ਨਾ ਆਪਣਾ ਹਰੀ ਕੇ ਪੱਤਲ ਹਾਂਜੀ ਹਰੀ ਕੇ ਪੱਤਲ ਆਇਆ ਹੈਗਾ ਸੀਗਾ ਗਿਆ ਸੀਗਾ ਘਰੇ ਆ ਗਿਆ ਅਮਰੀਕ ਸਿੰਘ ਭਾਗੋਵਾਲ ਨਹੀਂ ਇੱਕ ਤੇ ਇੱਥੋਂ ਦਾ ਸੀਗਾ ਚਿੱਟੀ ਦਾੜੀ ਸੀਗੀ ਇੱਕ ਬਜ਼ੁਰਗ ਮੇਰੇ ਕੋਲ ਆਇਆ ਸੀਗਾ ਕੀ ਆਖ ਲਗਾ ਤੁਹਾਡੋ ਕਿੱਥੋਂ ਲੰਘ ਲਗੋ ਭਾਗੋਵਾਲ ਦੇ ਵੀਰ ਵੀ ਹੈਗੇ ਆਪਣੇ ਨਾਲ ਕੋਈ ਗੱਲ ਨੀ ਚੜ੍ਹਦੇ ਕਲਾ ਹੋ ਗਈ ਚਲੋ ਕੋਈ ਗੱਲ ਨੀ ਚਲੋ ਬਾਕੀ ਬਹਿ ਫਿਰ ਗੱਡੀ ਦੇ ਨਾਲ ਦੋ ਤਿੰਨ ਮਹੀਨੇ ਹੋ ਗਏ ਆ ਇਹ ਹਮੇਸ਼ਾ ਹੀ ਜਦੋਂ ਮੈਂ ਪੁੱਛਦਾ ਕਿਹੜਾ ਪਿੰਡ ਆ ਦਾਲਮਨੰਗਲ ਇਹੋ ਕਹਿਣਾ ਹਾਂਜੀ ਹਾਂਜੀ ਦਾਲਮਨੰਗਲ ਦਾ
ਬੜੇ ਚੰਦੇ ਹੀ ਬੋਲਦਾ ਜਿਹੜਾ ਗੱਜਣਾ ਕਾਬੂ ਕਰਕੇ ਹੋ ਸਕਦਾ ਜਿੱਦਾਂ ਦਲਮ ਦੇ ਲਾਗੇ ਗੁੱਜਰ ਰਹਿੰਦੇ ਰਹੇ ਆ ਤੇ ਦਲਮ ਹੈ ਕੁਕੜਾ ਹੀ ਲੱਗ ਹੋਰ ਦੱਸਿਆ ਹੋਰ ਕੋਈ ਨਹੀਂ ਹੋਰ ਦਲਮ ਨਹੀਂ ਚਲੋ ਹੁਣ ਇਹਦੀ ਮੈਂ ਵੀਡੀਓ ਪਾਉਣੀ ਆ ਵੀਡੀਓ ਤੋਂ ਲੱਭ ਜੋ ਕਿਉਂਕਿ ਪਹਿਲਾਂ ਮੈਂ ਵੀਡੀਓ ਨਹੀਂ ਸੀ ਪਾਈ ਕਿਉਂਕਿ ਐਡਰੈਸ ਆਪਦਾ ਇਹ ਇਦਾਂ ਦੱਸ ਰਿਹਾ ਸੀ ਦਲਮ ਲੰਗਲ ਹੁਣ ਵੀਡੀਓ ਪਾਉਂਗਾ ਜੀ ਹਾਂਜੀ ਹਰੀ ਕੇ ਪਤਨ ਦੇ ਕੋਲੋਂ ਚਲੋ ਚੱਲੀਏ ਨਾ ਨਹੀਂ ਬਸ ਚੜ੍ਹਦੀ ਗਲਾ ਜੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਧੰਨਵਾਦ ਜੀ ਚੰਗਾ ਵਾਹਿਗੁਰੂ ਜੀ ਹਾਂਜੀ ਹਾਂਜੀ ਵੀਡੀਓ ਮੈਂ ਇਸ ਕਰਕੇ ਨਹੀਂ ਪਾਈ ਕਿਉਂਕਿ ਆਪਦਾ ਪਿੰਡ ਬੋਲਣਾ ਸੀ ਦਲਮ ਨੰਗਲ ਮੈਂ ਲੋਕਾਂ ਨੇ ਆਖਣਾ ਪਿੰਡ ਤੇ ਬੋਲਣ ਡਿਆ ਵਾ ਤੇ ਵੀਡੀਓ ਕਿਉਂ ਕਾਤੋਂ ਪਾਈ ਜਾਂਦਾ ਚਲੋ ਆਪਾਂ ਹੁਣ ਪਿੰਡ ਆ ਗਏ ਆ ਸੰਤੁਸ਼ਟੀ ਹੋ ਗਈ ਆ ਹਾਂਜੀ ਚਲੋ ਸੇਵਾ ਕਾਂਡੇ ਜੇ ਤੁਸੀਂ ਤਾਂ ਸੇਵਾ ਚੈਤਰਾ ਬਹੁਤ ਵਧੀਆ ਕਾਂਡੇ ਜੀ ਚਲੋ ਧੰਨਵਾਦ ਬਹੁਤ ਵਧੀਆ ਇਹ ਤੋਂ ਬਾਅਦ ਚੰਗਾ ਵਾਹਿਗੁਰੂ ਜੀ ਓਕੇ ਵੀਰ ਜੀ ਅੱਗੇ ਦਿਖਾ ਸਾਈ ਚੰਗਾ ਬੱਤ ਯਾਰ ਕਿਹੋ ਜਿਹਾ ਤੁਹਾਨੂੰ ਦੱਸਣ ਭਾਗੋਵਾਲ ਤੋਂ ਆ ਭਾਗੋਵਾਲ ਤੋਂ ਅਮਰੀਕ ਸਿੰਘ ਮੈਨੂੰ ਨਾ ਕੋਈ ਮੇਰੇ ਨੰਬਰ ਤੇ ਫੋਟੋ ਭੇਜ ਦੋ ਉਹਨਾਂ ਦੀ ਕੋਈ ਨਹੀਂ ਆਪਣਾ ਨੰਬਰ ਦੋ ਮੈਨੂੰ ਲੈ ਕੇ ਇੱਕ ਮਿੰਟ ਮੈਂ ਉਹਨੂੰ ਤੋਂ ਫੋਟੋ ਪਾ ਕੇ ਕੱਲਾ ਹਾਂਜੀ ਰਹਿੰਦੇ ਭਾਗੋਵਾਲ ਤੋਂ ਤੁਹਾਡੇ ਇੱਕ ਬੰਦਾ ਹੈਗਾ ਬੜਾ ਖਰਾਬ ਕਰਦਾ ਪਰ ਨਾਂ ਨਹੀਂ ਮਿਲਣ ਉਹਦਾ ਬਾਹਰ ਗਿਆ ਸੀਗਾ ਨਾਂ ਉਹਦਾ ਸੀ ਮਲੂਕ ਮੁੰਡੇ ਦਾ ਰਹਿੰਦਾ ਸੀ ਉਹ ਕਵੈਤ ਚ ਮੁੰਡਾ ਹੌਲੀ ਜਿਹੀ ਉਮਰ ਦਾ ਮੈਂ ਫੋਟੋ ਵਿਖਾ ਦੂੰ ਹਾਂਜੀ ਪਰ ਉਹਦਾ ਰਿਸ਼ਤੇਦਾਰੀ ਜੋ ਰਿਸ਼ਤੇਦਾਰ ਦੇ ਮੁੰਡੇ ਦੀ ਫੋਟੋ ਪਾਉਣੀ ਇਹਨਾਂ ਨੂੰ ਆ ਨੰਬਰ ਮੈਂ ਆਪਣਾ ਦਵਾਂ ਹਾਂਜੀ ਆਪਣਾ ਤੁਹਾਨੂੰ ਵਟਸਐਪ ਤੇ ਮੈਂ ਫੋਟੋ ਪਾ ਦੂੰਗਾ ਜੀ ਇਹਦਾ ਭਲਾ ਹੋ ਜੇ ਨਹੀਂ ਆ ਤੇ ਭਲੇ ਦਾ ਕੰਮ ਬੜਾ ਹੋ ਜੇ ਕਰਦੇ ਹੋ ਤੇ ਜੋ ਭਲਾ ਕੰਮ ਹੁੰਦਾ ਓਏ ਅੱਜ ਜਲ ਕੋਲ ਨਹੀਂ ਆਈ ਪ੍ਰੋਬਲਮ ਆ ਰਿਹਾ ਠੀਕ ਹੈ ਜੀ ਕੋਈ ਨਹੀਂ ਆ ਨੰਬਰ ਜੀ ਤੁਸੀਂ ਦੱਸ ਦਿਓ ਕਿ ਆਪਾਂ ਦਲ ਪਿੰਡ ਮਿਲੇ ਸੀ ਠੀਕ ਹੈ ਜੀ ਚੰਗਾ ਵਾਹਿਗੁਰੂ ਜੀ ਭਾਈ ਖਾਲਸਾ ਜੀ ਫਤਿਹ ਜੀ ਠੀਕ ਹੈ ਜੀ ਠੀਕ ਚਲਾ ਜਾ